ਕਾਮ ਬਈ, ਮੇਰਾ ਨਾਮ ਹੈ ਮੁਹੰਮਦ ਬਿਲਾਲ। ਤੁਸੀਂ ਯੂਟਿਊਬ ਚੈਨਲ ਵਿੱਚ ਪੈ ਰਹੇ ਹੈ ਬਿਲਾਲ ਵਿਲੇਜ ਵਲੌਗ। ਮੈਂ ਖਾਣਾ ਦੇਖਦਾ ਹੂੰ ਯਾਨੀ ਕਿ ਘਰ, ਅਤੇ ਮੈਂ ਤੁਹਾਨੂੰ ਵੇਖੀ ਨਾਲ ਦੀ ਬੱਕਰੀਆਂ। ਸੁਬਹਾ ਸੁਬਹਾ ਦਾ ਟਾਈਮ ਹੈ ਅਤੇ ਮੈਂ ਜਾ ਗਈਆਂ ਬੱਕਰੀਆਂ ਚਰਾਵਣ। ਤੋਂ ਸਵੇਰ ਦੇ ਪੈ ਉੱਤੇ ਮੇਰੇ ਪਿੱਛੇ ਬੱਕਰੀਆਂ ਚਰੀਆਂ ਚੱਲਦੀਆਂ, ਅਤੇ ਮੈਂ ਆਇਆ ਇੱਥੇ ਬੱਕਰੀਆਂ ਚਰਾਵਣ, ਅਤੇ ਯਾਨੀ ਕਿ ਕੰਮ ਵਗੈਰਾ ਪੰਪ 'ਤੇ। ਮੈਂ ਆਖੀ ਵਾਲਾ ਹਾਂ ਭਾਈ ਪੰਪ 'ਤੇ ਜਾਵਣਾ, ਹੁਣ ਵੇਖੋ ਕਰੰਟ ਛੱਡ ਦੇਣ ਜੇ ਤੁਸੀਂ ਨਹੀਂ ਛੱਡਦੇ। ਘਰ ਦਾ ਕੰਮ ਤਾਂ ਕਰਨਾ ਨਾ ਮੇਰੀ ਬੱਕਰੀ, ਅਤੇ ਮੈਂ ਅੱਜ ਯਾਨੀ ਕਿ ਮੇਰੀ ਕਈ ਦੋ ਜਤਨ ਵੇਖ ਉਸ ਪੈ ਵੇਚਦੇ ਅਤੇ ਚੱਲ ਤਾਂ ਤੁਹਾਨੂੰ ਵੇਖੀ ਨੇ ਪਹਿਲੇ ਨੰਬਰ 'ਤੇ ਬੱਕਰੀਆਂ, ਉਸ ਤੋਂ ਬਾਅਦ ਘਰ 'ਤੇ ਚੱਲ ਤਾਂ ਤੁਹਾਨੂੰ ਪ੍ਰੈਸ਼ਰ ਕੂਕਰ, ਤੋਤੇ, ਕੁੱਕੜੀਆਂ, ਸਾਰਾ ਕਮਾਲ ਚੱਲ ਤੁਹਾਨੂੰ ਅੱਜ ਵੀ ਕਹਿ ਸੂੰ। ਅਤੇ ਪੈ ਹੋਵੇ ਮੇਰੀ ਕਣੀਆਂ ਬੱਕਰੀਆਂ ਮਾਸ਼ਾਅੱਲਾ, ਅਤੇ ਕਣੀਆਂ ਚੱਲਦੀਆਂ ਚਰਾ ਚਰਾ ਦੇ, ਅਤੇ ਸਾਰਾ ਕੰਮ ਤਾਂ ਹੋਇਆ ਪਈ ਹੈ ਖਤਮ ਖਰਾਬ, ਯਾਨੀ ਕਿ ਕਿਸੇ ਚਰਨ ਵਾਸਤੇ ਤਾਂ ਇਹ ਕੋਈ ਨਹੀਂ, ਪੱਠੇ ਨਾ ਦੇ ਬਾਹਰ ਰੱਖੇ ਸੇ, ਜਿਵੇਂ ਪੱਠੇ ਵੱਡੇ ਹੁੰਦੇ ਨੇ ਨਾ ਬਈ ਵੜ ਤੇ ਉਹ ਖਵਾਈ ਸੂ, ਅਤੇ ਹਾਲੀ ਜੇ ਤਾਂ ਨਹੀਂ ਆਉਂਦੇ ਉਹ ਤੁਸੀਂ, ਯਾਨੀ ਕਿ ਬੱਕਰੀਆਂ ਤਾਂ ਨਹੀਂ ਰੱਖੀਆਂ ਜਾਂਦੀਆਂ ਨਾ। ਵੇਖਦੇ ਪਏ ਮੇਰੀ ਬੱਕਰੀਆਂ ਮਾਸ਼ਾਅੱਲਾ ਵਧੀਆ ਨਹੀਂ ਚੱਲਦੀਆਂ, ਅਤੇ ਇਹ ਵੇਖੋ ਵੀ ਕਿਸ ਤਰੀਕੇ ਨਾਲ ਬੱਕਰੀਆਂ ਸਵੇਰ ਸਵੇਰ ਚੱਲਦੀਆਂ, ਤੰਗ ਤਾਂ ਬੜਾ ਕਰਦੀਆਂ, ਲੇਕਿਨ ਮੈਂ ਤਾਂ ਵਲੌਗ ਸ਼ੁਰੂ ਕਰ ਲਵਾਂ। ਵੇਖਦੇ ਪਏ ਬਈ ਵਿਲੇਜ ਲਾਈਫ ਯਾਨੀ ਕਿ ਗਾਉਂ ਦੀ ਜਿਹੜੀ ਜ਼ਿੰਦਗੀ ਹੈ, ਕਿਸ ਤਰੀਕੇ ਲੋਕ ਗੁਜ਼ਾਰਦੇ ਹਨ ਅਤੇ ਕਿਹੜੇ ਤਰੀਕੇ ਨਾਲ ਕੰਮ ਵਗੈਰਾ ਹੁੰਦਾ ਇੱਥੋਂ ਦਾ, ਉਹ ਤੁਹਾਨੂੰ ਵੀਡੀਓ ਹਰ ਬਣਾ ਕੇ ਵੀ ਕਹਿ ਸੂੰ। ਮੈਂ ਇੱਕ ਛੋਟਾ ਯੂਟਿਊਬਰ ਹਾਂ, ਮੇਰੀ ਸਪੋਰਟ ਕਰੋ। ਵੇਖਦੇ ਪਏ ਹੋਵੇ ਬੱਕਰੀ ਮਾਸ਼ਾਅੱਲਾ ਠੀਕ ਚੱਲਦੀਆਂ ਪਈਆਂ, ਅਤੇ ਮੈਨੂੰ ਨਾ ਨੂੰ ਅੱਗੋਂ ਬੋਲਣਾ ਪੈਂਦਾ ਕਿਉਂ ਅੱਗਾ ਜਾਣੀਆਂ ਬਾਜ ਇਸ ਵਜ੍ਹਾ ਤੋਂ। ਨੰਬਰਦਾਰ ਹੈ ਖੁੱਤ ਲੈ ਪਈ ਹੈ ਕੀ ਹੈ ਅੱਛਾ ਤਮਾਸ਼ਾ ਬਣਾਈ ਹੱਥ ਨਾ ਵੜ ਪਵੇ। ਮੈਂ ਬੱਕਰੀਆਂ ਬੈਠਾ ਚਰਿੰਦਾ, ਆਇਆ ਬੈਠਾ ਟੋਇਲ ਤੇ, ਤੁਸੀਂ ਟੋਇਲ ਵੇਖੀਏ ਯਾਨੀ ਕਿ ਇਸ ਟੋਇਲ ਤੇ ਤਕਰੀਬਨ 7000 ਵਿਊਜ ਹੈਂ, ਅਤੇ 70-75 ਲਾਈਕ ਆਇਆ। ਤੁਸੀਂ ਵੇਖਦੇ ਪਿਆ ਕਿ ਮੈਂ ਬੈਠਾ ਟੋਇਲ 'ਤੇ ਟਾਈਮ ਦਿੱਤੇ, ਅਤੇ ਅੰਦਰ ਬੈਗ ਟੁੱਟੇ ਵਗੈਰਾ, ਅਤੇ ਤੁਹਾਨੂੰ ਟੋਇਲ ਬੱਕਰੀਆਂ ਮੇਰੀਆਂ ਕਣੀਆਂ ਚੱਲਦੀਆਂ, ਤੁਹਾਨੂੰ ਬੱਕਰੀਆਂ ਚੱਲ ਪਈ। ਅਤੇ ਪਿਆ ਬਈ ਇਹ ਟੋਇਲ ਯਾਨੀ ਕਿ ਪੀਟਰ ਵੀ ਹੈ, ਉਹ ਚੱਕੀ ਵਗੈਰਾ ਲੱਗੀ ਹੋਈ ਹੈ, ਫਿਰਨ ਵਾਲੀ ਇਹਦੇ ਵਿੱਚ ਪੱਖਾ ਵੀ ਹੈ। ਤੁਸੀਂ ਵੇਖਦੇ ਪਿਆ ਵੀ ਇਹ ਪੈਪ ਹੈ, ਅਤੇ ਮਾਸ਼ਾਅੱਲਾ ਇਸ ਟੋਇਲ ਦਾ ਪਾਣੀ ਬਹੁਤ ਜ਼ਿਆਦਾ। ਤੁਸੀਂ ਪਹਿਲੇ ਵੇਖੀ ਅਸੀਂ ਇਸੇ ਚੈਨਲ 'ਤੇ ਯਾਨੀ ਕਿ ਮੈਂ ਵੀਡੀਓ ਬਣਾਈ ਹੈ, ਅਤੇ ਇਸੇ ਚੈਨਲ 'ਤੇ 7000 ਵਿਊਜ਼ ਆਏ ਹਨ। ਸਵੇਰ ਦੇ ਪੈ ਵੀ ਇਹ ਟੋਇਲ ਹੈ ਉਹ ਬੰਦ ਪਈ ਹੈ, ਯਾਨੀ ਕਿ ਸਾਡੇ ਦਿਹਾਤ 'ਚ ਹੀ ਹੈ ਘਰ ਦੇ ਨਾਲੋਂ। ਮੇਰੀ ਉਹ ਪੱਖਣੀਆਂ ਬੱਕਰੀਆਂ ਸਵੇਰ ਦੇ ਪੈ ਵੀ ਖਣੀਆਂ ਖਾਲੀ ਚੱਲਦੀਆਂ ਮਾਸ਼ਾਅੱਲਾ, ਅਤੇ ਮੈਂ ਇੱਥੇ ਖੜ੍ਹਾ ਟੋਇਲ 'ਤੇ, ਮੈਂ ਤੁਹਾਨੂੰ ਵੀਡੀਓ ਬਣਾ ਲਵਾਂ। ਅਤੇ ਪਿਆ ਵੀ ਬੱਕਰੀਆਂ ਮੇਰੇ ਕੋਲ ਨਾਲੋਂ ਆਈਆਂ ਬੈਠੀਆਂ ਖਲੋਤੀਆਂ, ਅਤੇ ਬੱਕਰੀਆਂ ਵਗੈਰਾ ਮੇਰੀ ਕਣੀਆਂ ਚੜ੍ਹਦੀਆਂ, ਅਤੇ ਮੈਂ ਟੋਇਲ ਵਾਲੇ ਘਾਟ 'ਚ